ਤੇ ਮੈਂ ਮਾੜੇ ਮੀਟਰ ਨੂੰ ਇਹ ਜਨਾਬ ਪੈ ਗਿਆ 2562 ਰੁਪਏ ਦਾ 10.88। ਯਾਸਰ ਸੰਧੂ ਅੱਜ ਤੁਹਾਡੀ ਖਿਦਮਤ 'ਚ ਮੈਂ ਹਾਜ਼ਰ ਹਾਂ ਇਸ ਮੋਟਰਸਾਈਕਲ ਦੀ ਵੀਡੀਓ ਲੈ ਕੇ। ਪਿਛਲੇ ਦਿਨ ਤੁਸੀਂ ਵਲੌਗ ਇੱਕ ਦੇਖ ਹੀ ਲਿਆ ਕਿ ਆਪਾਂ ਭਾਈ ਫਰਜ ਜਵੇਦ ਤੋਂ ਖਾਨਪੁਰੋਂ ਇਹ ਬਾਈਕ ਲੈ ਕੇ ਆਏ। ਇਹਦੇ ਵਿੱਚ ਆਪਾਂ ਫਿਊਲ ਜਿਹੜਾ ਟੈਂਕੀ ਫੁੱਲ ਕਰਵਾਈ ਸੀ, ਇਸ ਤੋਂ ਅਗਲੇ ਦਿਨ ਮੈਂ ਵੀਡੀਓ ਬਣਾ ਰਿਹਾ। ਇਹਦੇ ਵਿੱਚ ਹੁਣ ਦੁਬਾਰਾ ਜਾ ਕੇ ਇਹਦੇ ਵਿੱਚ ਮੈਂ ਫਿਊਲ ਡਲਵਾਵਾਂਗਾ। ਜਿਹੜੀ ਇਹਦੀ ਐਵਰੇਜ ਹੋਈ ਜੈਨੂਅਨ ਐਵਰੇਜ, ਤੁਹਾਨੂੰ ਉਹਦੀ ਮੈਂ ਦੱਸਾਂਗਾ ਕਿ ਫਿਊਲ ਐਵਰੇਜ ਇਹਨੇ ਸਾਡੇ ਕੋਲੋਂ ਕੀ ਦਿੱਤੀ ਹੈ। ਆਲਰੇਡੀ ਮੈਂ YPRG ਦਾ ਯੂਜ਼ਰ ਹਾਂ। ਮੇਰੀ ਪਹਿਲੇ ਆਦਤ ਇਹ ਰਹੀ ਹੈ ਕਾਫੀ ਅਰਸਾ ਕਿ ਮੈਂ ਬਾਈਕ ਬਹੁਤ ਸਾਰੇ ਬਦਲੇ ਨੇ। 125 ਮੈਂ ਚੰਦ ਦਿਨ ਚਲਾਉਂਦਾ ਸੀ, ਹੋਂਡਾ ਸੀਡੀ ਚਾਈਨਾ ਜੋ ਵੀ ਬਾਈਕ ਲੈਣੇ ਨਾ ਆਪਣੀ ਰੇਂਜ ਦੇ, ਉਹਨਾਂ ਨੂੰ ਮੈਂ ਥੋੜ੍ਹੇ ਥੋੜ੍ਹੇ ਦਿਨ ਚਲਾਉਂਦਾ ਹੁੰਦਾ ਸੀਗਾ। ਮਤਲਬ ਕਹਿ ਲਓ ਵੀ ਇਹ ਜ਼ਿਆਦਾ ਤੋਂ ਜ਼ਿਆਦਾ 6 ਮਹੀਨੇ 4 ਮਹੀਨੇ ਜਾਂ 4000 ਜਾਂ 5000 ਕਿਲੋਮੀਟਰ ਦੇ ਉੱਪਰ ਥੱਲੇ, ਉਸ ਤੋਂ ਬਾਅਦ ਸੇਲ ਕਰ ਦਿੰਦਾ ਸੀ। ਇਸ ਬਾਈਕ ਦੇ ਉੱਤੇ ਟੋਟਲ ਰੈਪ ਹੋਈ ਹੈ। ਇਹ ਬਾਈ ਫਰਕ ਜਵੇਦ ਦੀ ਆਪਣੀ ਚੋਇਸ ਆ, ਉਹਨਾਂ ਹਰ ਬੰਦੇ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ। ਆਪਾਂ ਕਿਸੇ ਦੀ ਚੋਇਸ 'ਤੇ ਮੈਂ ਸਵਾਲ ਨਹੀਂ ਉਠਾ ਰਿਹਾ, ਬਟ ਮੈਂ ਸਿਰਫ ਆਪਣਾ ਪੁਆਇੰਟ ਆਫ ਵਿਊ ਤੁਹਾਨੂੰ ਦੇ ਰਿਹਾ ਹਾਂ ਕਿ ਇਸ ਰੈਪ ਦੇ ਬਾਰੇ ਮੈਂ ਕਿੱਦਾਂ ਕੀ ਖਿਆਲਾਤ ਰੱਖਦਾ। ਮੈਂ ਪਹਿਲੇ ਬਾਈਕ ਜਿੱਦਾਂ ਵੀ ਰੱਖੇ ਨੇ ਥੋੜ੍ਹੇ ਜਿਹੇ ਚਲਾ ਕੇ ਮੈਂ ਸੇਲ ਕਰ ਦਿੰਦਾ ਸੀ। ਮੈਂ ਰੈਪ ਸਿਰਫ ਇਸ ਜਗ੍ਹਾ 'ਤੇ ਕਰਵਾਉਂਦਾ ਹੁੰਦਾ ਸੀ ਉੱਪਰਲੀ ਸਾਈਡ 'ਤੇ, ਅਤੇ ਜਾਂ ਇਸ ਜਗ੍ਹਾ 'ਤੇ ਲਵਾ ਦਿੰਦਾ ਸੀ, ਪੈਰ ਲੱਗਦੇ ਹੁੰਦੇ ਇੰਜਣ ਦੇ ਇਸ ਜਗ੍ਹਾ 'ਤੇ ਲਵਾਉਂਦਾ ਸੀ। ਇਸ ਤੋਂ ਇਲਾਵਾ ਕੋਈ ਕਿਤੇ ਨਹੀਂ, ਮਤਲਬ ਜਾਂ ਮੀਟਰ ਦੀਆਂ ਸ਼ੀਸ਼ੇ 'ਤੇ ਲੱਗ ਜਾਣੀ ਜਾਂ ਲਾਈਟ 'ਤੇ, ਇੱਦਾਂ ਕਰਕੇ ਛੋਟੇ ਇੱਕ ਦੋ ਜਗ੍ਹਾ 'ਤੇ। ਅੱਛਾ, ਉਹਨਾਂ ਦਾ ਮੈਨੂੰ ਫਾਇਦਾ ਕੀ ਹੋਣਾ ਐਂਡ 'ਤੇ ਜਾ ਕੇ, ਜਦੋਂ ਮੈਂ ਬਾਈਕ ਸੇਲ ਕਰਦਾ ਸੀ ਤਕਰੀਬਨ 2-4 ਮਾਹ 6 ਮਾਹ ਬਾਅਦ ਨਾ, ਮੇਰਾ ਬਾਈਕ ਜਿੱਥੇ ਜਿੱਥੇ ਰੈਪ ਹੋਈ ਹੁੰਦੀ ਸੀ ਨਿਸ਼ਾਨ ਨਹੀਂ ਹੁੰਦੇ ਸੀ ਚੈਨ ਕਵਰ 'ਤੇ ਇੰਜਣ ਵਾਲੀ ਜਗ੍ਹਾ 'ਤੇ, ਉਹਦੀ ਵਜ੍ਹਾ ਤੋਂ ਮੇਰਾ ਬਾਈਕ 4-5 ਹਜ਼ਾਰ ਜਾਂ 7 ਹਜ਼ਾਰ ਰੁਪਇਆ ਅੱਛੇ ਪੈਸਿਆਂ 'ਚ ਵੇਚ ਜਾਂਦਾ ਸੀ। ਫਿਰ ਤਕਰੀਬਨ ਹੁਣ 7 ਸਾਲ ਹੋ ਚੱਲੇ ਆ, ਮੈਂ ਉਸ ਤੋਂ ਬਾਅਦ ਬਿਲਕੁਲ ਕਿਸੇ ਜਗ੍ਹਾ 'ਤੇ ਰੈਪ ਨਹੀਂ ਕਰਾਉਂਦਾ। ਹੁਣ ਕਈ ਹਜ਼ਰਾਤ ਸਾਡੇ ਇਲਾਕੇ 'ਚ ਵੀ ਹੈਗੇ ਨੇ, ਜਿੱਦਾਂ ਭਾਈ ਫਰਕ ਜਵੇਦ ਹੈ, ਇਹਨਾਂ ਨੇ ਸਾਰਾ ਹੀ ਰੈਪਿੰਗ ਕਰਵਾਈ ਹੈ। ਇਹ ਡਲ ਡਲ ਤੁਹਾਨੂੰ ਬਾਈਕ ਡਲ ਡਲ ਲੱਗ ਰਿਹਾ, ਕੋਈ ਪੇਂਟ ਦੀ ਛਾਈ ਨਹੀਂ ਹੈ। ਇਹ ਸਾਰੇ ਹੋਇਆ, ਇੱਥੇ ਵੀ ਹੋਇਆ, ਇੱਧਰ ਵੀ ਹੋਇਆ, ਇਸ ਐਗਜ਼ੌਸਟ 'ਤੇ ਵੀ ਹੋਇਆ, ਹਰ ਜਗ੍ਹਾ 'ਤੇ ਰੈਪ ਹੋਇਆ ਬਲੈਕ ਕਰਨ ਦਾ। ਇਹਦਾ ਫਾਇਦਾ ਤਾਂ ਹੈ ਵਕਤੀ, ਲੇਕਿਨ ਮੈਂ ਇਹ ਕਿਉਂ ਕਰਾਉਣਾ ਛੱਡ ਦਿੱਤਾ, ਇਹਦੀ ਵਜ੍ਹਾ ਇਹ ਸੀਗੀ ਕਿ ਇਹਦੇ ਨਾਲ ਆਪਾਂ ਡਲ ਡਲ ਜਿਹਾ ਬਾਈਕ ਲੈ ਕੇ ਅਤੇ ਇੰਜੋਏ ਕਰਦੇ ਹਾਂ, ਚਲਾਉਂਦੇ ਹਾਂ, ਇਹਨੂੰ ਇੰਜੋਏ ਤਾਂ ਕਰ ਹੀ ਨਹੀਂ ਸਕਦੇ ਇਸ ਡਲ ਸ਼ੋਅ ਦੇ ਨਾਲ। ਉਸ ਤੋਂ ਬਾਅਦ ਜੇ ਲੈਣ 'ਤੇ ਵੇਚਣ ਲੱਗਦੇ 5-7 ਹਜ਼ਾਰ ਰੁਪਏ ਦਾ ਸਿਰਫ ਆਪਾਂ ਨੂੰ ਫਰਕ ਪੈਂਦਾ ਹੈ। ਅਤੇ ਜਿੰਨੀ ਦੇਰ ਆਪਾਂ ਚਲਾਇਆ ਹੁੰਦਾ ਇਹਨੂੰ, ਇਸ ਹਾਲਤ 'ਚ ਚਲਾਇਆ ਹੁੰਦਾ ਬਗੈਰ ਪੇਪਰਾਂ ਦੇ ਨਾਲ, ਕੋਈ ਇਹਦੀ ਸ਼ਾਈਨ ਦਾ, ਇਹਦੇ ਇਸ਼ਾਰਿਆਂ ਦੀ ਸ਼ਾਈਨ ਦਾ, ਆਪਾਂ ਕਿਸੇ ਸ਼ੈਅ ਦਾ ਜਿਹੜਾ ਹੈ ਉਹ ਚਸਕਾ ਮਸਕਾ ਇਹਦਾ ਪੂਰਾ ਨਹੀਂ ਕੀਤਾ ਹੁੰਦਾ। ਲਿਹਾਜ਼ਾ ਮੈਂ ਇਹਦੇ ਉੱਤੇ ਬਹੁਤ ਸਾਰਾ ਰੈਪ ਹੋਇਆ, ਮੈਂ ਸਾਰਾ ਹੀ ਉਤਾਰ ਦਿਆਂਗਾ, ਕਿਸੇ ਜਗ੍ਹਾ 'ਤੇ ਆਪਾਂ ਰੈਪ ਇਹ 'ਤੇ ਨਹੀਂ ਰਹਿਣ ਦੇਣਾ। ਉਸ ਤੋਂ ਬਾਅਦ ਇਹਦੀ ਹੁਣ ਲੁੱਕ ਤੁਸੀਂ ਦੇਖ ਲਓ, ਕੱਲ੍ਹ ਸਫ਼ਰ ਕਰਕੇ ਵੈਸੇ ਆਇਆ ਇਹ ਤਕਰੀਬਨ ਲਗਭਗ 300 ਕਿਲੋਮੀਟਰ 'ਤੇ ਲੱਗੇ, ਤਾਂ ਕਿ 2 ਬੰਦੇ ਸੀ ਅਸੀਂ ਇਹਦੇ ਉੱਤੇ। ਉਸ ਤੋਂ ਬਾਅਦ ਮੈਂ ਅੱਜ ਅਗਰ ਸਰਵਿਸ ਇਹਦੀ ਕਰਵਾਵਾਂਗਾ, ਇਹਦੇ ਵਿੱਚ ਆਇਲ ਚੇਂਜ ਟੋਟਲ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਆਂਗਾ ਇਹਦੀ ਮੁਕੰਮਲ, ਔਰ ਮੁਕੰਮਲ ਜਿਸ ਵੇਲੇ ਇਹਦੇ ਰੈਪ ਉਤਾਰ ਕੇ ਇਹਨੂੰ ਸਫਾਈ ਕਰਕੇ ਆਪਾਂ ਧੋਵਾਂਗੇ ਐਂਡ 'ਤੇ, ਅਤੇ ਉਹ ਲੁੱਕ ਵੀ ਤੁਹਾਨੂੰ ਮੈਂ ਦਿਖਾਵਾਂਗਾ, ਔਰ ਇਹਦੇ 'ਚ ਆਪਾਂ ਫਿਊਲ ਡਲਵਾਵਾਂਗੇ, ਉਹਦੀ ਐਵਰੇਜ ਵੀ ਮੈਂ ਤੁਹਾਨੂੰ ਦੱਸਾਂਗਾ। ਇਹਦੀ ਕੈਸੀ ਫੀਲਿੰਗ ਰਹਿੰਦੀ ਹੈ ਚੰਦ ਦਿਨ ਚਲਾ ਕੇ ਤੁਹਾਨੂੰ ਮੈਂ ਫਿਰ ਦੱਸਾਂਗਾ, ਐਵਰੇਜ ਤਾਂ ਆਪਾਂ ਨੂੰ ਹੁਣੇ ਪਤਾ ਚਲਾ ਜਾਣਾ। ਆਹ YPRG ਦਾ ਜਿਹੜਾ ਮਾਡਲ ਆ ਉਹ ਮੇਰਾ 100% ਕਾਮਯਾਬ ਔਰ ਬਿਹਤਰੀਨ ਮਾਡਲ ਆ। ਇਹਦੀ ਐਵਰੇਜ ਦੇ ਉੱਤੇ ਲੋਕ ਕਹਿੰਦੇ ਨੇ ਕਿ ਇਹਦੀ ਐਵਰੇਜ ਜਿਹੜੀ ਹੈ ਉਹ ਘੱਟ ਆ, YPR ਜਿਹੜਾ ਆ 50-55 ਬਿਹਤਰੀਨ ਕਰਦਾ ਹੈ ਇਹਨੂੰ। ਕੱਲ੍ਹ ਲਗਾਤਾਰ 90 ਕੁ ਘਰੇ ਗਿਆ ਆ, 90 ਦੀ ਸਪੀਡ 'ਤੇ ਇਹਨੂੰ ਫੁੱਲ ਫਾਂਡਾ ਲਾ ਕੇ ਲਿਆਉਂਦਾ। 300 ਕਿਲੋਮੀਟਰ 'ਚ ਕਿਤੇ ਸਾਹ ਇੱਕ ਦੋ ਜਗ੍ਹਾ 'ਤੇ ਦਵਾਇਆ, ਪਾਣੀ ਪੀਣ ਲੱਗਿਆ, ਸਿਰਫ 1-1.5 ਮਿੰਟ ਜਸਟ, ਇਸ ਤੋਂ ਜ਼ਿਆਦਾ ਨਹੀਂ। ਤਾਂ ਇਹਦਾ ਹੁਣ ਪਤਾ ਚੱਲੇਗਾ ਕਿ ਇਹਦੀ ਐਵਰੇਜ ਕੀ ਹੈ ਇਸ ਸਪੀਡ ਦੇ ਨਾਲ। ਅਤੇ ਬਾਕੀ ਮੈਨੂੰ ਥੋੜ੍ਹੀ ਫੀਲਿੰਗ ਇਹਦੀ ਬੈਡ ਨਹੀਂ ਲੱਗੀ, ਫੀਲਿੰਗ ਇਹਦੀ ਬਹੁਤ ਅੱਛੀ ਆ। YPR ਜਿਹੜਾ ਨਾ ਉਹਦੀ ਚਲਾਈ ਅਤੇ ਇਹਦੀ ਚਲਾਈ ਦੇ ਵਿੱਚ ਬੜਾ ਫਰਕ ਆ ਦੋਨਾਂ ਦੀ ਬਾਈਕਾਂ ਦੀ ਚਲਾਈ ਦੇ ਵਿੱਚ। ਇਹ ਉਹਦੇ ਤੋਂ ਹੈ ਵਜ਼ਨੀ, ਇਹਦੀ ਸਟਾਰਟਿੰਗ ਬਹੁਤ ਅੱਛੀ ਆ ਅਤੇ ਪਿਕ ਬਹੁਤ ਅੱਛੀ ਆ, ਟੋਪ ਸਪੀਡ YPR ਨਾਲੋਂ ਘੱਟ ਆ, ਲੇਕਿਨ ਇੱਕ ਨਾ ਮਤਲਬ ਜਿਹੜੀ ਫੀਲ ਬੈਠਣੀ ਜਿਹੀ ਲਗਜ਼ਰੀ ਜਿਹੜੀ ਫੀਲਿੰਗ ਹੈ ਨਾ ਉਹ YPR ਦੀ, ਮਤਲਬ ਬੈਠ ਕੇ ਜਿਹੜੀ ਇੱਕ ਲਗਜ਼ਰੀ ਫੀਲਿੰਗ ਬੰਦੇ ਨੂੰ ਆਉਂਦੀ ਆ, ਬੰਦੇ ਨੂੰ ਇੱਕ ਇਤਮਾਦ ਆਉਂਦਾ ਨਾ, ਉਹ ਇਤਮਾਦ ਸਿਰਫ ਉਸ ਬਾਈਕ 'ਤੇ ਆਉਂਦਾ ਬੈਠ ਕੇ। ਇਹਦੇ ਉੱਤੇ ਤੁਸੀਂ ਨਾ ਮਤਲਬ ਤੁਹਾਡਾ ਕੌਨਫੀਡੈਂਸ ਜਿਹੜਾ ਨਾ ਵੱਧਦਾ ਨਹੀਂ ਗਾ ਚਲਾਉਂਦਿਆਂ ਹੋਇਆਂ, ਕਿ ਤੁਸੀਂ ਪੂਰਾ ਤੁਹਾਡੇ ਕੋਲ ਇੱਕ ਤਾਕਤਵਰ, ਤੁਸੀਂ ਇੱਕ ਗ੍ਰਿਪ ਵਾਲੀ ਮਸ਼ੀਨ 'ਤੇ ਬੈਠੇ। ਅਤੇ ਫਿਲਹਾਲ ਦੀ ਘੜੀ ਤੱਕ ਮੇਰਾ ਇਹਦੇ ਬਾਰੇ ਇਹ ਸੀ ਖਿਆਲ ਆ, ਬਾਕੀ ਇਨਸ਼ਾਅੱਲਾ ਮੈਂ ਤੁਹਾਨੂੰ ਸਾਰੀ ਚੀਜ਼ ਅੱਗੇ ਐਡ ਕਰ ਦਿੰਦਾ।
ओपन चलन दो तो फुल कर दो। हाँ जी देखते हैं जी फ्यूल हूँ कि पे फिर तेन दस दा किलोमीटर। लो जी फुल हो चली है टैंकी 2425 नूं लगता टच करेगा ये 2450 रुपए जी। हाँ जी 2480 90 बस 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 कम उतांह टपा सटे जी। चल चलन दे फुल नहीं हुई हले फुल हो ही नहीं हले वेरी गुड फुल क्यों नहीं हो रही बई डुले ना बाहर ना डुले हाँ फिकर सीधे करता करता अगह वेली मशीन टपा सटी है उधर वेख मीटर वेख हूँ तू हूँ टेंकी छड़ बाहो के कर पोर कर। हाँ 2700 रुपया 11 लीटर ते 52.5 2700 रुपये का पीता जी 11 लीटर ते 52.5 इधरों जनाब 276 किलोमीटर। अज का शड्यूल कुछ इस तरह से कि यदि टेपा उतारिया ने गूंद जी यदि लाइटा बैकलाइट से टेंकी के उत्ते जे जम गई है यदि हैडलाइट खुलाई हुई है वेखो यदि हैडलाइट आई है रे होंडा पता नहीं किड़े वक्त से जीण दी है इस टाइम भी इन्होंने रेस के उत्ते हैडलाइट आई है जबकि वाई वी आर की स्विच ऑन करो लाइट डायरेक्ट चल जाती है यदि लाइट हले भी वो रेस के उत्ते लाइट मैं खुलाई है वो मैं डायरेक्ट करवा रहा कटोट लगा के नाल लाइट जलाओ तो जल जाए ये नहीं कि मतलब रेस दो तो आ जाएगी लाइट आ जाएगी रेस बंद करो तो लाइट दीवा बन जाएगी। इस अलावा यदि सर्विस सुर्विस करते हैं एवरेज तुम पता लग जाएगी जी एवरेज है वह पता चल ही गई है तकरीबन 25 किलोमीटर के उपर थले बनी है बहुत थोड़ी एवरेज है यह तो बल मैं सुनिया भी है कि 27 तो लग के 35-35 तक के देते हैं ज़्यादा मैनू ज़्यादा मसला एवरेज तो नहीं होंगे जी चीज़ मैं पसंद हो आप राखी लैनी होंगी है तो लेकिन एक दफा एवरेज चेक करना जोड़ा ये भी जरूरी होंगे वह फायदा होंगे खुद को भी पता चल जाता लोगों को भी पता चल जाता सू भी चलो मैं दस दूँगा यदि एवरेज मैं खुद अप्रूव कर सकता है तो 25 किलोमीटर आने की वजह यह भी है असी 2 सवारियां सी तो लगातार जोड़ा 270 किलोमीटर है फुल फंड के होया टॉप स्पीड इन्हें दोवे बंद 90 दी है एक बंद 100 दिता है। ये ऑयल मैं यूज़ कर लगा किक्स का VW50 आ ग्रेड देखो तो चंगा नाले तेल चंगा आ पा लीए पा तो लगा है चलो तो बाद दस दौ भी यह इस्तेमाल की रखी है या रहन दी लीटर पैक बाकी अपनी हूँ लैन वाली सी मिलत की सर्विस ट्रैक्टर की पहली वो ली आ पहला वोचरे का भरिया ये आप फिल्टर एक ऑयल फिल्टर तो डीजल फिल्टर ये आप फ्री मिले आ बाकी ऑयल के पैसे आप 8 लीटर के पे किए कि पहले दो कैन चाहता हों हूँ उन्होंने कैन एक ही बनाती 8 लीटर की तो 5000 रुपये का मिले ये 8 लीटर तो पिछले हिस्से का भी नाल ही देंदे होंगे है पहली सर्विस से वह भी बदली जाए लेकिन वो इन्हें कोई शार्ट सगा इस वो आप मिलत को मिले नहीं अच्छ आप चलो इंजन का तो बदली ना वो बेचारा तो ठंडा हो जानू को सुकून हो VW50 है ग्रेड का। चलो जी इस लेवल का करा रहे हैं काम टेंकी टापे ला के फरुख साहब भाई फरुख जवेद खानपुर वाले भरा वे वेखो इदा सर्विस करा रहे हैं यदि पहले पेपर का जोड़े पट्टे ही पट्टे हर जगह तो उस तो बाद सर यदि हर शह खुला छटीए टायर अगले पिछले हर शह जनाब सफाई ओके टोके तो यदि नंबर प्लेट तुम क्या भी नहीं बदलनी तो सर वो नहीं बदली नहीं तो यदि कोई शह नहीं असी छनी जी ये जेनुअन रहन देनी। लो जी बाइक हो गई है रेडी है अपनी हूँ लुक चेक करो कैसी निखरिया कि नहीं निखरिया। लो जी ए हो गई यदि लुक यदि लाइट जी है ना ए वाली डायरेक्ट कराती आप हारन लवाते ने आ लाइटा फरुख भाई ने नाल दित्तियां सी उन्होंने कितने लवाइया सी मैं क्या चलो इदा ही फिट कर दे उन्होंने ये तो बटन लवाता है भी ये लोगों की अखा च ना पैन आ बटन लवाता लहदा इन्हों का तो इस तो अलावा जनाब सीट यदि बेहतरीन सी इन कोशिश कराने की कोई जरूरत नहीं है फिलहाल
तो यह दाग शाग जे ने टेपा के आहिस्ता आहिस्ता मैं आप ही थोड़ी मेहनत करनी पैनी है, ये धोन आया को नहीं लथने है, स्प्रे मार के लावगा। बाकी ओवरऑल यह पोजिशन है यदि सफाई सफुई कराती ये इंजन के खुशकी बहुत आ, ये खुशकी खत्म करने वास्ते भी स्प्रे मारनी पैनी है। ये ना मिट्टी कट्टे दे विच कितें गर्म मोटरसाइकिल ते पानी मारिया उस तो बाद टाकी नहीं वजती रही। बाकी ओके आ, काम चलाई चलुई बहुत अच्छी है, लुक है